ਤੋੜਨਾ ਹੁੰਦਾ ਮੈਂ ਇਧਰ ਰਾਉਂਡ ਰਾਉਂਡ ਕਰਨਾ ਹੁੰਦਾ ਅੱਛਾ ਕਰੋ ਓਹੋ ਮੈਂ ਭੁੱਲਿਆ ਸੀ ਗਲਤ ਹੋ ਗਿਆ ਸੀ ਗਲਤ ਹੋ ਗਿਆ ਫਿਰ ਵੀ ਹੋ ਗਿਆ ਕੋਈ ਗੱਲ ਨਹੀਂ ਫਿਰ ਵੀ ਹੋ ਗਿਆ ਕੋਈ ਨਹੀਂ ਕੁਛ ਨਹੀਂ ਹੁੰਦਾ ਹੋਰ ਲੈ ਲਓ ਕਹਿੰਦਾ ਥੋੜਾ ਸਾ ਠੀਕ ਹੈ ਫਿਰ ਆਪਾਂ ਕਿੱਥੇ ਪਾ ਕੇ ਆਵਾਂਗੇ ਕੀ ਬਾਹਰ ਨੂੰ ਕਿੱਥੇ ਪਾ ਕੇ ਆਵਾਂਗੇ ਫਿਸ਼ ਨੂੰ ਬਾਹਰ ਬਾਹਰ ਕਿੱਥੇ ਪਾਣੀ ਦੂਰ ਪਾ ਕੇ ਆਵਾਂਗੇ ਫਾਫਾ ਚ ਪਾ ਕੇ ਆਣਾ ਫਾਫੇ ਚ ਪਾ ਕੇ ਆਣਾ ਆਪਾਂ ਨੂੰ ਇਹ ਵੀ ਪਤਾ ਫਾਫੇ ਚ ਪਾ ਕੇ ਆਣੀ ਹੈ ਉਹ ਪਿੰਡ ਦੂਰ ਹੈ ਹਾਂ ਪਿੰਡ ਵਾਲੀ ਨਹਿਰ ਚ ਹਾਂ ਪਿੰਡ ਵਾਲੀ ਰਹਿਰ ਹਾਂ ਇਹ ਪਿੰਡ ਜਾਊਗਾ ਇਹ ਮੋਰ ਡਿੱਗੂ ਹਾਂ ਮਾਰਨਿੰਗ ਚ ਪਿੰਡ ਜਾਵਾਂਗੇ ਠੀਕ ਹੈ ਹੋਰ ਸੁਣਾਓ ਫਿਰ ਬਾਬਾ ਜੀ ਗੁੰਨੂ ਕੌਣ ਹੈ ਬਾਬਾ ਕੌਣ ਹੈ ਗੁੰਨੂ ਬਾਬਾ ਜੀ ਕਦੇ ਗੁੰਨੂ ਡਾਕਟਰ ਬਣ ਜਾਂਦਾ ਕਦੇ ਗੁੰਨੂ ਬਾਬਾ ਬਣ ਜਾਂਦਾ ਵਾਹਿਗੁਰੂ ਪਾ ਕੇ ਆਣਾ ਇਹ ਖਾਊਗਾ ਫਿਸ਼ ਡੱਡੀ ਪਾੜਟ ਕੇ ਖਾਊਗਾ ਗੋਲ ਹੈ ਬਹੁਤ ਬਹੁਤ ਗੋਲ ਗੋਲ ਹੈ ਸੌਫਟ ਹੈ ਮਿੱਠੇ ਮਿੱਠੇ ਹੈ ਇਹ ਕਿੱਥੇ ਰੱਖਾ ਕੀ ਡੈਡੂ ਕਿੱਥੇ ਇਹ ਗੋਲ ਗੋਲ ਇਹ ਸਾਰੇ ਉਹ ਲਫਾਫੇ ਚ ਪਾ ਦੇਣਾ ਲਫਾਫੇ ਚ ਲਫਾਫੇ ਚ ਪਾ ਦੇਣਾ ਇਹ ਵਾਈਟ ਗੱਡੀ ਚ ਜਾਵਾ ਕੀ ਰਹਿੰਦਾ ਕੌਣ ਹੈ ਇਹ ਗੁੱਡੂ ਵੀ ਪਾਊਗਾ ਅੱਛਾ ਇਹ ਗੋਲ ਗੋਲ ਅੱਛਾ ਛੁੱਟ ਕੇ ਇਹ ਪਾੜਾ ਉੱਤੇ ਠੀਕ ਹੈ ਆਪਾਂ ਦੋਵੇਂ ਪਾਵਾਂਗੇ ਠੀਕ ਹੈ ਹਾਂ ਗੁੱਡੂ ਵੀ ਇਹ ਸੱਟ ਗੁੱਡੂ ਵੀ ਉਹ ਪਾਲਮਗਾ ਨੋ ਛੋਟੀ ਹੈ ਵੱਡਾ ਹੋ ਜਾਂਦੇ ਵੱਡਾ ਹੋ ਜਾਂਦੇ ਇੰਦਾ ਵਾਲਾ ਨਾ ਵੱਡਾ ਵੱਡਾ ਫਿਰ ਉਹ ਫਿਸ਼ ਛੋਟੀ ਜੀ ਹੁੰਦੀ ਹੈ ਇਹ ਵੱਡਾ ਕਿੱਦਾਂ ਖਾਊਗੀ ਦੇ ਇਹ ਡੋਲਫਿਨ ਨੂੰ ਖਵਾਡਾ ਕੇ ਡੋਲਫਿਨ ਤਾਂ ਉਹ ਰਹਿੰਦੀ ਹੈ ਉਹਦੇ ਵਿੱਚ ਸੀ ਚ ਉਹ ਤਾਂ ਬਹੁਤ ਦੂਰ ਹੈ ਸੈਲਡੂ ਖਾਵਾ ਕੇ ਕਿਨੂੰ ਸੈਲਡੂ ਸ਼ਾਰਕ ਨੂੰ ਖਾ ਸ਼ਾਰਕ ਨੂੰ ਸ਼ਾਰਕ ਵੀ ਬਹੁਤ ਦੂਰ ਰਹਿੰਦੀ ਸੀ ਚ ਓਹੋ ਓਹੋ ਫੇਰ ਹੁਣ ਉਹ ਨਹੀਂ ਸਤਗੁਰ ਨੂੰ ਤੁਸੀਂ ਤਾਂ ਖੜਾਵ ਕਰੀ ਜਾਂਦੇ ਹੋ ਫਿਸ਼ ਦੀ ਫੂਡ ਇਹ ਗੂਆ ਨੂੰ ਪਾੜਾਗੇ ਗੂਆ ਛੋਟਾ ਹੈ ਗਊਆਂ ਲਈ ਓਹੋ ਗਊ ਤਾਂ ਤੂੜੀ ਖਾਂਦੀ ਹੈ ਵੱਡਾ ਬਣਾ ਦਿੰਦਾ ਕਬੀਰ ਕਾਰ ਸਤਰਾ ਸ੍ਰੀ ਵਾਹਿਗੁਰੂ ਗੁਰਪੁਰ ਸਾਧ ਸਤਨਾ ਬਸ ਬੋਲੀਆ ਜਾਣਾ ਨਹੀਂ ਏਦਾਂ ਤਾਂ ਨਹੀਂ ਕਹਿੰਦੇ ਉਹਨੇ ਸਕੂਲ ਤਾਂ ਬੱਚੇ ਜਾਂਦੇ ਹੁੰਦੇ ਗੰਦੇ ਬੱਚੇ ਨਹੀਂ ਸਕੂਲ ਨਾ ਰੋਣ ਕਰਦੇ ਉਹ ਆ ਗਿਆ ਸੀ ਨਹੀਂ ਮੰਮੀ ਇਹ ਮੰਨੂ ਦੀ ਮੰਮਾ ਦਾ ਫੋਨ ਹੈ ਦੇਖਿਓ ਫੜਕ ਫੜਕ ਫੋਨ ਹੈ ਫੋਨ ਫੜਕ ਫੜਕ ਫੋਨ ਇਹ ਬੁਸ਼ਲੀ ਖਾ ਜਾਂਦਾ ਹੈ ਚੱਕਰ ਬੁਸ਼ਲੀ ਪਾਪਾ ਫੋਨ ਹੈ ਤੁਹਾਨੂੰ ਪਤਾ ਨੀ ਚੱਲਿਆ ਅੱਛਾ ਮੈਂ
ले चुशी भी बालो कोई शी बालो बालो ले मूछ ना पायो वाहिगुरु जी ले बालो फिश ब्रेड खाओगी नहीं ए सर्कल ए बिस्कुट बनाता है बिस्कुआ मम्मी दुख से करा मम्मी दुख से क्यों चल गुनु उठ और फिश नो पा गई है पाके नहीं आना कदों जाना थोड़े टाइम तक चल कोई ना सो ला कपड़े चेंज करने हैं ठीक ये कौन है ये वाले कौन है मर्जी दे कपड़े पाओ चलो जी हैं चलो जी चलिए खवाई है नू लड्डू खा ले पता लग गया ਰਾਜ ਜੀ ਹਲੋ ਵੀਰੇ ਹਾਂ ਬਸ ਹਾਂ ਨਹੀਂ ਖਾਣਾ ਬਸ ਆ ਤਾਂ ਇੱਥੇ ਪੈ ਜਾਣਾ ਦੋ ਜਣੇ ਰਾਤ ਨੂੰ ਅੱਛਾ ਅੰਦਰ ਹਵਾ ਲੱਗ ਰਹੀ ਹੈ ਬਹੁਤ ਵਧੀਆ ਮੈਂ ਮੱਛਰਾਂ ਤੋਂ ਹੀ ਵਧੀਆ ਹੈ ਨਾ ਜਾਲੀ ਦਾ ਹਵਾ ਵੀ ਲੱਗਦੀ ਹੈ ਹਵਾ ਲੱਗਦੀ ਹੈ ਬਹੁਤ ਲੱਗਦੀ ਪਹਿਲਾਂ ਪੱਕਾ ਨਹੀਂ ਦੇਗਾ ਸੀ ਨਹੀਂ ਨਾ ਚੋ ਪੱਕਾ ਹੀ ਸੀਗਾ ਹਾਂ ਥੋੜਾ ਨੀਵਾ ਸੀਗਾ ਅੱਛਾ ਕੱਚੀ ਜੀ ਲੈ ਕੇ ਰਹੀ ਸੀ ਮੈਂ ਤਾਂ ਪਹਿਲਾਂ ਮਿੱਟੀ ਜਿੱਥੇ ਰਹਿੰਦੀ ਹੈ ਫਿਰ ਦੁਬਾਰੇ ਲੈ ਖੰਡਾਈਏ